ਸਿੱਧੂ ਮੁਸੇਵਾਲੇ ਦੇ 팬 ਦੇ ਖਿਲਾਫ ਹੋਇਆ ਕੇਸ ਦਰਜ 팬 ਨੇ ਥਾਰ ਗੱਡੀ ਨੂੰ ਹੀ ਘੇਰ ਦਿੱਤਾ ਸੀ ਨਹਿਰ ਦੇ ਵਿੱਚ ਤਾਂ ਬਿੱਤੇ ਦਿਨੀ ਜਲੰਧਰ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸਿੱਧੂ ਮੁਸੇਵਾਲੇ ਦੇ 팬 ਦੁਆਰਾ ਆਪਣੀ ਥਾਰ ਗੱਡੀ ਨੂੰ ਹੀ ਨਹਿਰ ਦੇ ਵਿੱਚ ਘੇਰ ਦਿੱਤਾ ਗਿਆ ਸੀ ਤਾਂ ਤੁਹਾਨੂੰ ਦੱਸ ਦੇ ਕਿ ਉਹਨਾਂ ਨੌਜਵਾਨਾਂ ਦੇ ਖਿਲਾਫ ਵਿਅਕਤੀਆਂ ਦੇ ਖਿਲਾਫ ਜੋ ਪੁਲਿਸ ਦੁਆਰਾ ਕੇਸ ਦਰਜ ਕਰ ਲਿਆ ਗਿਆ ਹੈ ਤਾ ਜੋ ਉਹਨਾਂ ਦੀ ਥਾਰ ਗੱਡੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਬਿੱਤੇ ਦਿਨੀ ਉਹਨਾਂ ਨੌਜਵਾਨਾਂ ਦੁਆਰਾ ਆਪਣੀ ਥਾਰ ਗੱਡੀ ਨੂੰ ਨਹਿਰ ਦੇ ਵਿੱਚ ਗੇਰਿਆ ਜਾਂਦਾ ਤਾਂ ਮੌਕੇ ਤੇ ਹੜਗਮ ਮੱਚ ਜਾਂਦਾ ਤਾਂ ਮੌਕੇ ਤੇ ਮੌਜੂਦ ਲੋਕਾਂ ਦੁਆਰਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤਾਂ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਪੁਲਿਸ ਦੁਆਰਾ ਥਾਰ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਤਾਂ ਨੌਜਵਾਨਾਂ ਨੂੰ ਪੁੱਛਗਿੱਛ ਦੇ ਲਈ ਥਾਣੇ ਵੀ ਲਜਾਇਆ ਜਾਂਦਾ ਤਾਂ ਨੌਜਵਾਨਾਂ ਦਾ ਇਹ ਕਹਿਣਾ ਹੁੰਦਾ ਕਿ ਅਸੀਂ ਜੋ ਸਰਕਾਰ ਦਾ ਧਿਆਨ ਖਿੱਚਣ ਦੇ ਲਈ ਅਜਿਹਾ ਕੀਤਾ ਕਿਉਂਕਿ ਜੋ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਉਹ ਕਾਫੀ ਸਮੇਂ ਤੋਂ ਜੋ ਸਿੱਧੂ ਮੁਸੇਵਾਲੇ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਇਹ ਅਸੀਂ ਆਪਣੇ ਵੱਖਰੇ ਤਰੀਕੇ ਦੇ ਨਾਲ ਅਜਿਹਾ ਕੀਤਾ ਕਿ ਤਾਂ ਕਿ ਸਿੱਧੂ ਮੁਸੇਵਾਲੇ ਨੂੰ ਇਨਸਾਫ ਮਿਲ ਸਕੇ ਥਾਰ ਗੱਡੀ ਇਸ ਲਈ ਵਰਤੀ ਹੈ ਕਿਉਂਕਿ ਜਦੋਂ ਸਿੱਧੂ ਮੁਸੇਵਾਲੇ ਤੇ ਹਮਲਾ ਹੋਇਆ ਸੀ ਤਾਂ ਉਸ ਵਕਤ ਜੋ ਉਹ ਥਾਰ ਦੇ ਵਿੱਚ ਮੌਜੂਦ ਸੀ ਤਾਂ ਤੁਹਾਨੂੰ ਦੱਸਦੇ ਕਿ ਇਹਨਾਂ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨਾਂ ਨੌਜਵਾਨਾਂ ਦੇ ਵੱਲੋਂ ਆਪਣੀ ਥਾਰ ਗੱਡੀ ਨੂੰ ਨਹਿਰ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਪੋੜੀਆਂ ਦੇ ਰਾਹੀ ਤਾਂ ਉਸ ਵਕਤ ਜੋ ਨਹਿਰ ਦੇ ਵਿੱਚ ਬੱਚੇ ਨਹਾ ਰਹੇ ਸੀ ਤਾਂ ਉਹ ਡਰ ਗਏ ਸੀ ਜਿਸ ਤੋਂ ਬਾਅਦ ਉਹ ਉੱਥੋਂ ਬਾਹਰ ਨਿਕਲ ਕੇ ਉੱਥੋਂ ਭੱਜ ਵੀ ਗਏ ਸੀ ਜਿਸ ਕਾਰਨ ਜੋ ਮੌਕੇ ਤੇ ਹੜਗ ਮਚ ਜਾਂਦਾ ਤੇ ਲੋਕਾਂ ਦੁਆਰਾ ਪੁਲਿਸ ਨੂੰ ਇਨਫੋਰਮ ਵੀ ਕੀਤਾ ਜਾਂਦਾ ਹੈ ਤਾ ਨੌਜਵਾਨ ਦਾ ਨਾਮ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਜੋ ਕਿ ਪੇਸ਼ੇਵਰ ਤੋ ਐਡਵੋਕੇਟ ਵੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਤਾਂ ਉਹਨਾਂ ਖਿਲਾਫ ਤੇ ਜੋ ਥਾਰ ਦੇ ਵਿੱਚ ਹੋਰ ਵੀ ਵਿਅਕਤੀ ਸੀਗੇ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਖਿਲਾਫ ਵੀ ਜੋ ਪੁਲਿਸ ਦੁਆਰਾ ਕੇਸ ਦਰਜ